ਅੱਜ ਬੰਦੇ ਦਾ ਮਨ ਨਹੀਂ ਰਚਦੇ। ਹੈਲੋ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਲਾਸਟ ਤੱਕ ਮੇਰੀ ਆਵਾਜ਼ ਆਉਣੀ ਪਤਾ ਨਹੀਂ। ਠੀਕ ਹੈ, ਇੱਕ ਮਿੰਟ ਆਪਾਂ ਗ੍ਰੀਨ ਸਕੂਲ ਪ੍ਰੋਗਰਾਮ ਜਿਹੜਾ ਸਾਡੇ ਕੋਲ ਹੈ ਆਪਾਂ ਉਹਦੇ ਬਾਰੇ ਚਰਚਾ ਕਰਾਂਗੇ। ਮੈਂ ਸਾਰੇ ਆਪਣੇ ਮੁਹੱਬਤ ਸਾਥੀਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਤੁਹਾਨੂੰ ਸਲਾਈਡ 'ਤੇ ਦਿਖਾਇਆ ਜਾ ਰਿਹਾ ਤੁਸੀਂ ਧਿਆਨ ਨਾਲ ਜਿਹੜਾ ਵਾ ਸਿੱਖ ਲਓ ਇੱਕ ਵਾਰ, ਕਿਉਂਕਿ ਤੁਹਾਨੂੰ ਸਕੂਲ ਜਾ ਕੇ ਇਸ ਚੀਜ਼ ਨੂੰ ਕਰਨਾ ਜਿਹੜਾ ਕੰਪਲਸਰੀ ਬਣਾਇਆ ਗਿਆ। ਠੀਕ ਹੈ, ਬਾਅਦ ਵਿੱਚ ਦਿੱਕਤ ਆਏਗੀ ਤੁਹਾਨੂੰ ਕਿ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਜਿਹੜਾ ਵਾ ਤੁਸੀਂ ਦੇਖੋ। ਜੋ ਵੀ ਆਪਾਂ ਅੱਗੇ ਮੈਂਟਰ ਕੀਤਾ ਉਹ ਆਪਾਂ ਜਨਰਲ ਡਿਸਕਸ਼ਨ ਕੀਤੀ ਆ ਅਬਾਊਟ ਦੀ ਗਵਰਨਮੈਂਟ। ਠੀਕ ਹੈ, ਪਰ ਹੁਣ ਜਿਹੜਾ ਮੇਨ ਸਾਡਾ ਮੋਟਿਵ ਆ ਉਹਦੇ ਬਾਰੇ ਉਸ ਪੁਆਇੰਟ 'ਤੇ ਆਪਾਂ ਆਵਾਂਗੇ। ਸਲਾਈਡ ਲਾਸਟ ਲੱਭ ਰਹੀ ਹੈ ਜੀ, ਲਾਸਟ 'ਤੇ ਸਲਾਈਡ ਲੱਭ ਰਹੀ ਹੈ ਜੀ। ਓਕੇ ਸਰ, ਸਿੰਪਲ ਗੂਗਲ ਦੇ ਅੰਦਰ ਫੇਸਬੁੱਕ ਲਾਭ ਵੀ ਕਰ ਸਕਦੇ ਹਾਂ ਅਤੇ ਸਾਡੇ ਕੋਲ ਵੈਬਸਾਈਟ ਹੈ www.eebmoefcc.in। ਇੱਥੇ ਸਰਚ ਕਰਾਂਗੇ ਅਤੇ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਵੈਬਸਾਈਟ ਨਜ਼ਰ ਆ ਜਾਏਗੀ ਅਤੇ ਵੈਬਸਾਈਟ ਲਿੰਕ ਹੈ। ਬਾਅਦ ਵਿੱਚ ਤੁਹਾਨੂੰ ਇਹ ਜਿਹੜੀ PPT ਹੈ ਤੁਹਾਡੇ ਗਰੁੱਪ ਦੇ ਵਿੱਚ ਸ਼ੇਅਰ ਵੀ ਕੀਤੀ ਜਾਏਗੀ। ਦੈਨ ਜਦੋਂ ਤੁਸੀਂ ਵੈਬਸਾਈਟ 'ਤੇ ਇਸ ਲਿੰਕ 'ਤੇ ਕਲਿੱਕ ਕਰਦੇ ਹੋ ਅਤੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਪੇਜ ਨਜ਼ਰ ਆਉਂਦਾ, ਤੁਸੀਂ ਲੌਗਇਨ 'ਤੇ ਕਲਿੱਕ ਕਰਨਾ। ਲੌਗਇਨ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਤਾਂ ਲੌਗਇਨ ਦਾ ਆਪਸ਼ਨ ਹੈ, ਦੂਜਾ ਰਜਿਸਟ੍ਰੇਸ਼ਨ ਦਾ। ਜਿਨ੍ਹਾਂ ਸਟੂਡੈਂਟ ਨੇ ਲੌਗਇਨ ਕੀਤਾ ਹੋਇਆ ਉਹਦੇ ਲੌਗਇਨ 'ਤੇ ਕਲਿੱਕ ਕਰਨਗੇ ਅਤੇ ਜਿਨ੍ਹਾਂ ਨੇ ਨਿਊ ਰਜਿਸਟ੍ਰੇਸ਼ਨ ਕਰਨੀ ਹੈ ਉਹ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਨਗੇ। ਸਭ ਤੋਂ ਪਹਿਲਾਂ ਅਸੀਂ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਦੇ ਹਾਂ। ਦੈਨ ਉਸ ਤੋਂ ਬਾਅਦ ਸਾਡੇ ਕੋਲ ਦੋ ਆਪਸ਼ਨ ਆਉਂਦੀਆਂ ਨੇ, ਤੁਸੀਂ ਉਹਦੇ ਵਿੱਚੋਂ ਈਕੋ ਕਲੱਬ ਰਜਿਸਟ੍ਰੇਸ਼ਨ ਸਲੈਕਟ ਕਰੋ। ਈਕੋ ਕਲੱਬ ਰਜਿਸਟ੍ਰੇਸ਼ਨ ਸਲੈਕਟ ਕਰਨ ਤੋਂ ਬਾਅਦ ਤੁਹਾਡੇ ਕੋਲ ਸਕੂਲ ਔਰ ਕਾਲਜ ਰਜਿਸਟ੍ਰੇਸ਼ਨ ਦੋ ਟਾਈਪ ਤੁਹਾਡੇ ਕੋਲ ਆ ਜਾਣਗੇ। ਤੁਸੀਂ ਫਸਟ ਹੀ ਆਪਸ਼ਨ ਆ ਟਾਈਪ ਔਫ ਰਜਿਸਟ੍ਰੇਸ਼ਨ, ਤੁਸੀਂ ਉਹਦੇ ਵਿੱਚ ਸਲੈਕਟ ਕਰਨਾ ਸਕੂਲ। ਜਦੋਂ ਤੁਸੀਂ ਸਕੂਲ ਨੂੰ ਸਲੈਕਟ ਕਰਦੇ ਹੋ ਦੈਨ ਨਾਲ ਦਾ ਕੋਲ ਹੋਣਾ ਤੁਹਾਡੇ ਕੋਲ ਯੂਟਾਈਜ਼ ਕੋਡ। ਯੂਟਾਈਜ਼ ਕੋਡ ਤੁਹਾਡੇ ਸਕੂਲ ਦਾ ਹਰ ਇੱਕ ਦਾ ਯੂਨੀਕ ਹੈ। ਜਦੋਂ ਤੁਸੀਂ ਉਹਨੂੰ ਫਿਲ ਅਪ ਕਰੋਗੇ ਅਤੇ ਦੈਨ ਤੁਹਾਡੇ ਸਕੂਲ ਦੇ ਆਟੋਮੈਟਿਕ ਡਾਟਾ ਜਿਹੜਾ ਆ ਉਹ ਫੈਚ ਹੋ ਜਾਵੇ। ਠੀਕ ਹੈ, ਬੈਕਐਂਡ ਤੋਂ ਮਿਨਿਸਟਰੀ ਨਾਲ ਸ਼ੇਅਰ ਕੀਤਾ ਪੰਜਾਬ ਸਰਕਾਰ ਨੇ, ਯੂਟਾਈਜ਼ ਕੋਡ ਤੋਂ ਤੁਹਾਡਾ ਕੀ ਆ ਆਟੋਮੈਟਿਕ ਡਾਟਾ ਕੀ ਹੈ ਫੈਚ ਹੋ ਜਾਵੇ। ਰਜਿਸਟ੍ਰੇਸ਼ਨ 'ਤੇ ਗਏ ਉਹਦੇ ਵਿੱਚ ਦੋ ਆਪਸ਼ਨਾਂ ਆ, ਸਭ ਤੋਂ ਪਹਿਲਾਂ ਤੁਸੀਂ ਸਕੂਲ ਦੀ ਗੱਲ ਕਰੀਏ ਅਤੇ ਸਕੂਲ ਨੂੰ ਸਲੈਕਟ ਕਰਨਾ। ਉਸ ਤੋਂ ਬਾਅਦ ਸਲੈਕਟ ਕਰਨਾ ਟਾਈਪ ਆਫ ਸਕੂਲ, ਗੌਰਮੈਂਟ ਹੈ ਜਾਂ ਗੌਰਮੈਂਟ ਏਡਡ ਹੈ, ਅਦਰ ਹੈ ਕਿ ਪ੍ਰਾਈਵੇਟ ਹੈ। ਉਸ ਤੋਂ ਬਾਅਦ ਤੁਸੀਂ ਸਟੇਟ ਸਲੈਕਟ ਕਰਨੀ ਹੈ, ਦੈਨ ਡਿਸਟ੍ਰਿਕਟ ਸਲੈਕਟ ਕਰਨਾ। ਤੁਸੀਂ ਇੱਕ ਚੀਜ਼ ਨੂੰ ਨੋਟ ਕਰੋ, ਮੈਂ ਤੁਹਾਨੂੰ ਹੁਣੇ ਕਿਹਾ ਹੈ ਕਿ ਇੰਨੇ ਸਟੈਪ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਯੂਟਾਈਜ਼ ਕੋਡ ਭਰੋਗੇ ਉੱਥੇ ਤੁਹਾਡਾ ਕੀ ਹੈ ਸਾਰੇ ਸਕੂਲ ਦਾ ਐਡਰੈਸ ਆ ਜਾਣਾ, ਸਭ ਕੁਝ ਆ। ਠੀਕ ਹੈ, ਦੈਨ ਨੈਕਸਟ
ਨੈਕਸਟ ਹਾਂਜੀ ਉਸ ਤੋਂ ਬਾਅਦ ਹੈ ਸਕੂਲ ਕੰਟੈਕਟ ਡਿਟੇਲਸ। ਦੇਖੋ ਜੀ ਤੁਹਾਡਾ ਇਹ ਸਾਰਾ ਡਾਟਾ ਮੈਚ ਹੋ ਜਾਏਗਾ, ਸਕੂਲ ਕੰਟੈਕਟ ਡਿਟੇਲ ਵੀ ਮੈਚ ਹੋ ਜਾਏਗੀ। ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਹੈ ਤੁਹਾਡੀ, ਨੋਟ ਕੀ ਕਰਨੀ ਹੈ ਕਿ ਜੇ ਕਿਸੇ ਦਾ ਹੈਡ ਸਾਹਿਬ ਜਾਂ ਪ੍ਰਿੰਸੀਪਲ ਸਾਹਿਬ ਚੇਂਜ ਹੋਏ ਨੇ ਉਹ ਆਪਣਾ ਇੱਥੇ ਕੀ ਹੈ ਅਪਡੇਟ ਕਰ ਸਕਦੇ ਹੈ, ਠੀਕ ਹੈ ਜੀ। ਦੈਨ ਤੁਸੀਂ ਹੈਡ ਆਫ ਸਕੂਲ, ਦੈਨ ਫੋਨ ਨੰਬਰ ਪ੍ਰਿੰਸੀਪਲ ਸਾਹਿਬ ਦਾ ਅਤੇ ਐਸ ਟੀ ਡੀ ਬੋਰਡ ਤੋਂ ਤੁਸੀਂ ਉਹਨਾਂ ਦਾ ਫੋਨ ਨੰਬਰ ਹੀ ਭਰ ਸਕਦੇ ਹੋ, ਤੁਸੀਂ ਲੈਂਡਲਾਈਨ ਨੰਬਰ ਵੀ ਪ੍ਰੋਵਾਈਡ ਕਰ ਸਕਦੇ, ਠੀਕ ਹੈ ਜੀ। ਦੈਨ ਉਸ ਤੋਂ ਬਾਅਦ ਈਮੇਲ ਐਡਰੈਸ ਆਫ ਸਕੂਲ, ਉਸ ਤੋਂ ਬਾਅਦ ਈਕੋ ਕਲੱਬ ਡਿਟੇਲ ਹੈ ਜਿਹੜਾ ਇੰਚਾਰਜ ਲਗਾਇਆ ਗਿਆ ਸਕੂਲ ਵਿੱਚ ਈਕੋ ਕਲੱਬ ਦਾ, ਉਹਦਾ ਅਸੀਂ ਡਾਟਾ ਇੱਥੇ ਫਿਲਅਪ ਕਰਨਾ ਹੈ। ਈਕੋ ਕਲੱਬ ਟੀਚਰ ਇੰਚਾਰਜ, ਦੈਨ ਈਮੇਲ ਐਡਰੈਸ ਆਫ ਈਕੋ ਕਲੱਬ ਟੀਚਰ ਇੰਚਾਰਜ, ਦੈਨ ਮੋਬਾਈਲ ਨੰਬਰ, ਅਤੇ ਨੈਕਸਟ ਹੈ ਉਸ ਤੋਂ ਬਾਅਦ ਅਸੀਂ ਸੇਵ 'ਤੇ ਕੈਪਚਾ ਭਰ ਕੇ ਅਤੇ ਸੇਵ 'ਤੇ ਕਲਿੱਕ ਕਰ ਦਿੰਦੇ, ਠੀਕ ਹੈ। ਅਤੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਵਿੰਡੋ ਓਪਨ ਹੋਏਗੀ ਜਿਹੜਾ ਕੀ ਹੈ ਰਿਕਾਰਡ ਸਬਮਿਟ ਸਕਸੈਸਫੁਲੀ, ਠੀਕ ਹੈ ਜੀ। ਜੇ ਤੁਸੀਂ ਪਹਿਲੀ ਵਾਰ ਰਜਿਸਟਰ ਕਰ ਰਹੇ ਹੋ ਤਾਂ ਤੁਹਾਡਾ ਕੀ ਹੋਵੇਗਾ ਰਿਕਾਰਡ ਸਬਮਿਟ ਸਕਸੈਸਫੁਲੀ, ਇਹ ਤੁਸੀਂ ਨੋਟ ਡਾਊਨ ਕਰ ਸਕਦੇ ਹੋ, ਠੀਕ ਹੈ ਜੀ। ਸਾਰੇ ਜਣੇ ਇਸ ਚੀਜ਼ ਨੂੰ ਨੋਟ ਡਾਊਨ ਕਰ ਸਕਦੇ ਹੋ ਕਿ ਪਾਸਵਰਡ ਸਾਰਿਆਂ ਦਾ ਕੀ ਹੋਵੇਗਾ ਸੇਮ ਹੋਵੇਗਾ, ਅਤੇ ਯੂਜ਼ਰ ਆਈ ਡੀ ਕੀ ਹੈ ਤੁਹਾਡੇ ਸਕੂਲ ਦੀ ਈਮੇਲ ਆਈ ਡੀ। ਸਕੂਲ ਕੈਂਪ ਬਟਾਲਾ
ਸਾਰੇ ਪਿੰਡ ਨੇ ਪੱਤੂਰ ਚੁੱਕਿਆ ਹੋਇਆ, ਉਹੀ ਲੋਕ ਜਿਹੜੇ ਬ੍ਰਹਮਪੁਰ ਵਿੱਚ ਹਿੱਸਾ ਪਾਉਂਦੇ
ਕਿ ਸਾਰੇ ਉਸ ਵੱਲ ਖਿੱਚੇ ਚਲੇ ਜਾਂਦੇ ਹਨ ਤੇ ਸਾਨੂੰ ਕੋਈ ਪੁੱਛਦਾ ਵੀ ਨਹੀਂ। ਤੂੰ ਇੰਜ ਕਰ ਸਿਪਾਹੀਆਂ ਨੂੰ ਲੈ ਜਾ ਤੇ ਉਸ ਨੂੰ ਆਰਾਮ ਨਾਲ ਪੇਸ਼ ਕੀਤਾ ਜਾਵੇ, ਜੇ ਉਹ ਨਾ ਆਏ ਤੇ ਉਸ ਨੂੰ ਜ਼ਬਰਦਸਤੀ ਪੇਸ਼ ਕੀਤਾ ਜਾਵੇ, ਤੇ ਹਾਂ ਉਸ ਕਿਸਾਨ ਨੂੰ ਵੀ ਪੇਸ਼ ਕੀਤਾ ਜਾਵੇ ਜੋ ਬ੍ਰਹਮਕੋਸ਼ ਵਿੱਚ ਹਿੱਸਾ ਪਾਉਣ ਤੋਂ ਇਨਕਾਰ ਕਰ ਰਿਹਾ ਸੀ। ਜੀ ਹਜ਼ੂਰ, ਚੱਲ ਚੱਲ ਚੱਲ, ਤੈਨੂੰ ਸ਼ਰਮ ਨਹੀਂ ਆਉਂਦੀ ਹਜ਼ੂਰ ਸਾਹਮਣੇ ਕਿੱਦਾਂ ਖੜੇ ਹੋਈਦਾ ਆ? ਓਏ ਨਾ ਕੀ ਹੈ ਤੇਰਾ ਰਾਮਕਨ, ਓਏ ਤੈਨੂੰ ਗੱਲ ਕਰਨ ਦੀ ਤਮੀਜ਼ ਨਹੀਂ, ਨਾ ਗੱਲ ਕਰਨ ਦੀ ਤਮੀਜ਼। ਕੋਈ ਦੇਖ ਸਹੀ ਟਾਟਾ ਸੇ ਚੁਕਾਇਆ ਕੀ ਕਰਦਾ ਜੇ ਬੰਦੇ ਦਾ ਮਨ ਨਹੀਂ ਨਾ ਚੁਕੇ? ਓਏ ਵੱਡੇ ਆਦਮੀ ਅੱਗੇ ਸਿਰ ਇਸੇ ਤਰ੍ਹਾਂ ਚੁਕੇ ਭਾਵੇਂ ਨਾ ਚੁਕੇ, ਪਰ ਮੈਨੂੰ ਤਾਂ ਕੁਝ ਹੋਰ ਹੀ ਲੱਗਦਾ ਮਹਾਰਾਜ। ਕਿਉਂ, ਤੈਨੂੰ ਕੀ ਲੱਗਦਾ? ਮੈਨੂੰ ਲੱਗਦਾ ਜਿਹੜਾ ਬੰਦਾ ਤੁਹਾਡੇ ਦਰਬਾਰ ਵਿੱਚ ਆਉਂਦਾ ਉਹਦਾ ਸਿਰ ਉਸਦੇ ਮੋਢਿਆਂ ਤੇ ਨਹੀਂ ਹੁੰਦਾ। ਕਿਉਂ, ਕਿੱਥੇ ਰੱਖਣਦੇ ਨੇ ਆਪਣਾ ਸਿਰ? ਉਹਦਾ ਸਿਰ ਤੁਹਾਡੀ ਤਲਵਾਰ ਦੇ ਡਰ ਨਾਲ ਪਹਿਲਾਂ ਹੀ ਚੱਕ ਗਿਆ ਹੁੰਦਾ। ਖੈਰ, ਤੂੰ ਮੈਨੂੰ ਇਹ ਦੱਸ, ਤੂੰ ਬ੍ਰਹਮਕੋਸ਼ ਵਿੱਚ ਹਿੱਸਾ ਪਾਉਣ ਤੋਂ ਇਨਕਾਰ ਕਿਉਂ ਕਰ ਦਿੱਤਾ? ਹਿੱਸਾ ਕਿੱਥੋਂ ਪਾਈਏ ਮਹਾਰਾਜ, ਕਿੱਥੋਂ ਪਾਈਏ? ਸਾਡੇ ਤਾਂ ਆਪਣੇ ਘਰਦਾਣੇ ਨਹੀਂ, ਸਾਡਾ ਤਾਂ ਪਰਿਵਾਰ ਆਪ ਭੁੱਖਾ ਬੈਠਾ ਹੈ। ਖੇਤਾਂ ਵਿੱਚ ਕੰਮ ਕਰਦੇ ਹਾਂ ਤਾਂ ਤੁਸੀਂ ਲਾ
ਧੋਖੇਬਾਜ਼ੀ ਅਤੇ ਬੇਈਮਾਨੀ ਨਾਲ ਤਨ ਕਮਾਉਂਦੇ ਹੋ। ਇਸ ਲਈ ਸਾਡੀ ਰੋਟੀ ਵਿੱਚੋਂ ਦੁੱਧ ਅਤੇ ਤੁਹਾਡੀ ਰੋਟੀ ਵਿੱਚੋਂ ਲਹੂ ਨਿਕਲਿਆ ਮਹਾਰਾਜ। सरफरोशी की तमन्ना अब हमारे दिल में है, देखना है जोर कितना तो हम भी कुछ ऐसा करेंगे कि पूरे देश को सुनाई दे। हम बम फोड़ेंगे, इस एक्शन से हम आवाम की नजर में आ जाएंगे, वो हमें जानने लगेगा। कोर्ट केस के दौरान हमारी स्टेटमेंट्स दर्ज की जाएगी, अखबारों को मजबूर होकर हमारे विचार छापने पड़ेंगे। आवाम तक पहुंचने के लिए जिस प्लेटफॉर्म की हमें जरूरत है, ये सरकार खुद हमें बना के देगी। उनके गढ़ में खड़े रहकर हम अपने लोगों का विश्वास जीतेंगे। अदालत के जरिए भगत सिंह का प्रचार देश भर में जागृति ला रहा था। राजगुरु, दफा 121 और दफा 302 के तहत फांसी। सुखदेव, दफा 121 और दफा 302 के तहत फांसी। भगत सिंह, दफा 121 और दफा 302 के तहत फांसी। ऑल थ्री टू बी हैंग्ड बाय द नेक टिल दे आर डेड। धन्यवाद। ਅਸੀਂ ਅੱਜ ਤੁਹਾਡੇ ਸਾਹਮਣੇ ਇੱਕ ਕਹਾਣੀ ਪੇਸ਼
ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਕਾਂ ਅਤੇ ਚਿੜੀ। ਇੱਕ ਵਾਰ ਕਾਂ ਅਤੇ ਚਿੜੀ ਦੀ ਦੋਸਤੀ ਪੈ ਗਈ। ਕਾਂ ਬਹੁਤ ਚਲਾਕ ਸੀ। ਕਾਂ ਚਿੜੀ ਨੂੰ ਕਹਿੰਦਾ ਅਸੀਂ ਦੋਵੇਂ ਰਾਤ ਦੀ ਖੇਤੀਬਾੜੀ ਕਰਦੇ ਹਾਂ। ਚਿੜੀ ਵਿਚਾਰੀ ਭੋਲੀ ਸੀ, ਉਸਨੂੰ ਕੁਛ ਨਹੀਂ ਸੀ ਪਤਾ। ਚਿੜੀ ਨੇ ਬਿਨਾਂ ਸੋਚਿਆ ਹੀ ਹਾਂ ਕਰ ਦਿੱਤੀ। ਪਹਿਲੇ ਦਿਨ ਚਿੜੀ ਕਾਂ ਨੂੰ ਕਹਿੰਦੀ ਹੈ ਕਿ ਚੱਲ ਅਸੀਂ ਖੇਤੀ ਕਰੀਏ ਅਤੇ ਖੇਤ ਦੀ ਭਾਈ ਕਰੀਏ। ਤਾਂ ਕਾਂ ਉਸਨੂੰ ਕਹਿੰਦਾ ਹੈ ਤੂੰ ਭਾਈ ਕਰ ਅਤੇ ਮੈਂ ਖੇਤ ਵੱਲ ਦੇਖ ਕੇ ਆਉਂਦਾ ਹਾਂ। ਤਾਂ ਉਹ ਚਿੜੀ ਸਾਰਾ ਕੰਮ ਨਿਬੇੜ ਲੈਂਦੀ ਹੈ ਅਤੇ ਕਾਂ ਇੱਧਰ ਉੱਧਰ ਉਡਾਰੀਆਂ ਮਾਰਦਾ ਰਹਿੰਦਾ ਹੈ। ਦੂਸਰੇ ਦਿਨ ਵੀ ਇੱਦਾਂ ਹੀ ਹੁੰਦਾ ਹੈ ਕਿ ਚਿੜੀ ਕਾਂ ਨੂੰ ਉਠਾ ਕੇ ਕਹਿੰਦੀ ਹੈ ਕਿ ਅੱਜ ਅਸੀਂ ਖੇਤ ਵਿੱਚ ਝੋਨਾ ਬੀਜਣ ਜਾਣਾ ਹੈ। ਤਾਂ ਉਹ ਚਿੜੀ ਨੂੰ ਕਹਿੰਦੀ ਹੈ ਚਿੜੀ ਉਸਨੂੰ ਕਹਿੰਦੀ ਹੈ ਕਿ ਚੱਲ ਚੱਲੀਏ ਅਤੇ ਉਹ ਉੱਥੇ ਜਾ ਕੇ ਕਾਂ ਉਸਨੂੰ ਬਹਾਨਾ ਲਾਉਂਦਾ ਹੈ ਅਤੇ ਕਹਿੰਦਾ ਹੈ ਤੂੰ ਚੱਲ ਚਿੜੀਏ ਮੈਂ ਤੋੜਦਾ ਹਾਂ ਦਾਣਾ ਪਾਣੀ ਖਾਂਦਾ ਹਾਂ ਤੇਰੇ ਲਈ ਵੀ ਲਿਆਉਂਦਾ ਹਾਂ। ਫਿਰ ਚਿੜੀ ਅਗਲੇ ਦਿਨ ਚਿੜੀ ਕਾਂ ਨੂੰ ਕਹਿੰਦੀ ਹੈ ਕਿ ਹੁਣ ਕਣਕ ਵੱਢਣ ਵਾਲੀ ਵੀ ਹੋ ਚੁੱਕੀ ਹੈ ਅਤੇ ਅਸੀਂ ਹੁਣ ਕਣਕ ਵੱਢ ਲਈਏ। ਤਾਂ ਕਾਂ ਉਸਨੂੰ ਕਹਿੰਦਾ ਹੈ ਬਹਾਨਾ ਲਾਉਂਦਾ ਹੈ ਅਤੇ ਕਹਿੰਦਾ ਹੈ ਤੂੰ ਜਾ ਮੈਂ ਆਉਂਦਾ ਹਾਂ। ਅਤੇ ਚਿੜੀ ਵਿਚਾਰੀ ਸਾਰੀ ਕਣਕ ਕੱਢਦੀ ਹੈ ਅਤੇ ਕਣਕ ਦੀ ਢੇਰੀ ਵੱਖਰੀ ਲਾਉਂਦੀ ਹੈ ਅਤੇ ਤੂੜੀ ਦੀ ਢੇਰੀ ਵੱਖਰੀ ਲਾਉਂਦੀ ਹੈ ਅਤੇ ਉਹ ਕਾਂ ਨੂੰ ਆਵਾਜ਼ ਮਾਰ ਕੇ ਕਹਿੰਦੀ ਹੈ ਆਜਾ ਅਸੀਂ ਅੱਧੀ ਅੱਧੀ ਫਸਲ ਵੰਡ ਲੈਂਦੇ ਹਾਂ। ਅਤੇ ਕਾਂ ਉਸਨੂੰ ਕਹਿੰਦਾ ਹੈ ਕਿ ਕਣਕ ਦੀ ਢੇਰੀ ਤਾਂ ਮੈਂ ਹੀ ਲੈਣੀ ਹੈ ਅਤੇ ਕਾਂ ਉਸ ਦੀ ਢੇਰੀ 'ਤੇ ਬੈਠ ਜਾਂਦਾ ਹੈ ਅਤੇ ਚਿੜੀ ਨਿਰਾਸ਼ ਹੋ ਜਾਂਦੀ ਹੈ ਅਤੇ ਉਸਨੂੰ ਕਹਿੰਦੀ ਹੈ ਕਿ ਸਾਰਾ ਕੁਝ ਮੈਂ ਕਰਦੀ ਰਹੀ ਤੂੰ ਤਾਂ ਕੁਝ ਕੀਤਾ ਵੀ ਨਹੀਂ, ਇਹ ਗੱਲ ਤਾਂ ਬਹੁਤ ਗਲਤ ਹੈ। ਤਾਂ ਕਾਂ ਚਿੜੀ ਨੂੰ ਡਰਾਉਂਦਾ ਹੈ ਅਤੇ ਕਹਿੰਦਾ ਹੈ ਜੇ ਤੂੰ ਮੈਨੂੰ ਕਣਕ ਦੀ ਢੇਰੀ ਨਾ ਦਿੱਤੀ ਤਾਂ ਮੈਂ ਤੇਰੇ ਸਾਰੇ ਬੱਚਿਆਂ ਨੂੰ ਮਾਰ ਦੇਵਾਂਗਾ। ਚਿੜੀ ਵਿਚਾਰੀ ਰੋਂਦੀ ਰਹਿੰਦੀ ਹੈ। ਕੁਝ ਚਿਰ ਬਾਅਦ ਚਿੜੀ ਤੂੜੀ ਦੀ ਢੇਰੀ ਨੂੰ ਇਕੱਠਾ ਕਰਕੇ ਆਪਣਾ ਇੱਕ ਸੁੰਦਰ ਜਿਹਾ ਘਰ ਬਣਾਉਂਦੀ ਹੈ ਅਤੇ ਕਾਂ ਬਹੁਤ ਖੁਸ਼ ਹੁੰਦਾ ਹੈ ਕਿ ਮੈਨੂੰ ਕਣਕ ਦੀ ਢੇਰੀ ਮਿਲ ਗਈ ਹੈ ਅਤੇ ਕਣਕ ਦੀ ਢੇਰੀ ਮਿਲ ਗਈ ਹੈ ਅਤੇ ਕਾਂ ਉਸਨੂੰ ਕੁਝ ਦੇਰ ਬਾਅਦ ਉੱਥੇ ਬੱਦਲ ਹੋ ਜਾਂਦਾ ਹੈ ਅਤੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਕਾਂ ਚਿੜੀ ਨੂੰ ਕਹਿੰਦਾ ਹੈ ਕਿ ਮੈਂ ਹੁਣ ਕੁਝ ਦੇਰ ਲਈ ਤੇਰੇ ਘਰ ਵਿੱਚ ਰਹਿ ਸਕਦਾ ਹਾਂ। ਚਿੜੀ ਉਸਨੂੰ ਸਾਫ਼ ਮਨਾ ਕਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਤੂੰ ਤਾਂ ਮੈਨੂੰ ਧੋਖਾ ਦਿੱਤਾ ਹੈ, ਹੁਣ ਮੈਂ ਤੈਨੂੰ ਆਪਣੇ ਘਰ ਵਿੱਚ ਨਹੀਂ ਰੱਖਾਂਗੀ। ਤਾਂ ਕਾਂ ਜ਼ਖਮੀ ਹੋ ਕੇ ਮਰ ਜਾਂਦਾ ਹੈ। ਸਾਰੀ ਕਣਕ ਦੀ ਢੇਰੀ ਚਿੜੀ ਨੂੰ ਮਿਲ ਜਾਂਦੀ ਹੈ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਲਾਲਚ ਪੂਰੀ ਬਲਾ ਹੈ, ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਕਿਉਂਕਿ ਲਾਲਚ ਕਰਨ ਵਾਲੇ ਲੋਕ ਆਪਣਾ ਨੁਕਸਾਨ ਆਪ ਹੀ ਕਰ ਲੈਂਦੇ ਹਨ। ਮੈਂ ਝਾਂਸੀ ਕੀ ਰਾਣੀ ਆਪਣੀ ਕਹਾਣੀ ਗਾ ਕਰ ਸੁਣਾਉਣੇ ਜਾ ਰਹੀ ਹੂੰ। ਸਿੰਘਾਸਨ ਭਾਰਤ ਮੇ ਆਈ ਜਵਾਨੀ ਥੀ ਬੂਟੇ ਭਾਰਤ ਮੇ ਆਈ।
ਜ਼ੋਰਦਾਰ ਤਾਲੀਆਂ ਦੇ ਨਾਲ ਮੈਡਮ ਰਵਨੀਤ ਕੌਰ ਦੀ ਸਕੱਤਰ ਡਿਸਟ੍ਰਿਕਟ ਲੀਗਲ ਅਥਾਰਟੀ ਗੁਰਦਾਸਪੁਰ। ਗੁੱਡ ਆਫਟਰਨੂਨ। ਅੱਜ ਇੱਥੇ ਸਾਡੇ ਇਕੱਠੇ ਹੋਣ ਦਾ ਜੋ ਮੇਨ ਮੰਤਵ ਹੈ ਉਹ ਸੁਪਰੀਮ ਪਲਾਂਟੇਸ਼ਨ ਹੈ। ਉਹਦਾ ਨਾਮ ਅਜੇ ਪੁੱਛ ਵੀ ਨਹੀਂ ਚਾਹੀਏ ਕੈਂਪੇਨ ਦੀ, ਪਰ ਪਰਪਸ ਇਹੀ ਹੈ ਕਿ ਸਾਡੇ ਜੋ ਰੁੱਖ ਖਤਮ ਹੋ ਰਹੇ ਹੈ ਉਸ ਵੱਲ ਅਸੀਂ ਗੌਰ ਕਰੀਏ, ਉਹ ਜੋ ਮੁਸੀਬਤ ਸਾਡੇ ਵੱਲ ਵੱਧ ਰਹੀ ਹੈ ਉਸ ਵੱਲ ਅਸੀਂ ਗੌਰ ਕਰੀਏ ਔਰ ਸੁਚੇਤ ਹੋ ਕੇ ਐਕਸ਼ਨ ਲਈਏ। ਇਹ ਬਹੁਤ ਸਾਡਾ ਟਾਈਮ ਹਾਈ ਟਾਈਮ ਹੈ ਕਿ ਹੁਣ ਅਗਰ ਇਸ ਚੀਜ਼ 'ਤੇ ਗੌਰ ਨਾ ਕੀਤਾ ਗਿਆ ਤਾਂ ਸਾਨੂੰ ਔਰ ਆਉਣ ਵਾਲੀ ਪੀੜ੍ਹੀ ਨੂੰ ਇਸਦਾ ਬਹੁਤ ਮਹਿੰਗਾ ਮੁੱਲ ਚੁਕਾਉਣਾ ਪਏਗਾ। ਸੋ ਇਸੇ ਪਰਪਸ ਨਾਲ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕਿ ਅਸੀਂ ਪਲਾਂਟੇਸ਼ਨ ਦੀ ਜੋ ਡਰਾਈਵ ਨੂੰ ਅਸੀਂ ਅੱਗੇ ਲੈ ਕੇ ਜਾ ਸਕੀਏ ਔਰ ਸਿਰਫ ਇਹ ਪਲੈਟਫਾਰਮ ਨਾ ਹੋਵੇ ਕਿ ਅਸੀਂ ਪਲਾਂਟੇਸ਼ਨ ਲਈ ਅਸੀਂ ਇਕੱਠੇ ਹੋਈਏ, ਸਾਨੂੰ ਇਹ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਪਰਸਨਲ ਲੈਵਲ 'ਤੇ ਆਪਣੇ ਘਰਾਂ ਆਪਣੇ ਘਰਾਂ ਦੇ ਆਲੇ ਦੁਆਲੇ ਜਾਂ ਜਿੱਥੇ ਵੀ ਪੋਸੀਬਲ ਹੋ ਸਕੇ ਸਾਨੂੰ ਜਗ੍ਹਾ ਲੋਕੇਟ ਕਰਕੇ ਜਿੱਥੇ ਵੀ ਪਲਾਂਟੇਸ਼ਨ ਹੋ ਸਕਦੀ ਹੈ ਸਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਸਭ ਦਾ ਇੰਟਰਸਟ ਹੈ। ਸੋ ਸਾਡੀ ਕੁਦਰਤ ਨੂੰ ਅਗਰ ਹਾਮੀ ਪਹੁੰਚੇਗੀ ਤਾਂ ਸਾਡੀ ਆਪਣੀ ਪਰਸਨਲ ਹਾਮੀ ਹੈ। ਇਸ ਚੀਜ਼ ਨੂੰ ਪਰਸਨਲ ਲੋਸ ਲੈ ਕੇ ਚੱਲੀਏ, ਜੇ ਅਸੀਂ ਇਸ ਚੀਜ਼ ਨੂੰ ਪਰਸਨਲ ਲੋਸ ਨਹੀਂ ਲੈ ਰਹੇ ਹਾਂ ਤਾਂ ਇਨ ਦਾ ਲੌਂਗ ਰਨ ਇਸ ਚੀਜ਼ ਦਾ ਮੁਆਵਜ਼ਾ ਸਾਨੂੰ ਖੁਦ ਨੂੰ ਸਭ ਨੂੰ ਦੇਣਾ ਪਏਗਾ। ਔਰ ਕੁਦਰਤ ਹੁਣ ਸਾਨੂੰ ਸਮਝ ਆ ਰਹੀ ਹੈ ਜਿਸ ਹਿਸਾਬ ਨਾਲ ਗਰਮੀ ਵੱਧ ਰਹੀ ਹੈ, ਮੌਸਮ ਖਰਾਬ ਹੋ ਰਹੇ ਨੇ, ਜੋ ਸਾਰਨ ਤੋਂ ਬਾਹਰ ਹੋ ਰਿਹਾ ਮੌਸਮ ਦਾ ਸਾਰਾ ਸਿਸਟਮ, ਉਸ ਨਾਲ ਸਾਨੂੰ ਇਹ ਸੁਚੇਤ ਹੋ ਜਾਣਾ ਚਾਹੀਦਾ ਕਿ ਸਾਨੂੰ ਹੁਣ ਜੋ ਕੁਦਰਤ ਦਾ ਬੈਲੈਂਸ ਹੈ ਵਾਪਸ ਬਣਾ ਦੇਣਾ ਚਾਹੀਦਾ ਹੈ ਤਾਂ ਕਿ ਸਾਡੀ ਆਪਣੀ ਜ਼ਿੰਦਗੀ ਔਰ ਆਉਣ ਵਾਲੀ ਜਨਰੇਸ਼ਨ ਦੀ ਜ਼ਿੰਦਗੀ ਸੁਖ ਹੋਵੇ। ਥੈਂਕ ਯੂ। ਬਹੁਤ ਸ਼ੁਕਰੀਆ। ਮੈਂ ਬੇਨਤੀ ਕਰਾਂਗਾ ਬਹੁਤ ਹੀ ਦਰਸ਼ਕ ਸਰਦਾਰ ਸੁਖਜਿੰਦਰ ਸਿੰਘ ਜੀ ਕੇ ਸੁਖਜਿੰਦਰਾ ਇੰਸਟੀਚਿਊਟ ਗਰੁੱਪ ਆਫ ਇੰਸਟੀਚਿਊਟ ਦੇ ਐਮ ਪੀ ਸਾਹਿਬ ਸਰਕਾਰ ਜੋ ਮੈਡਮ ਜੀ ਔਰ ਸਰਾਬੁੱਧੀ ਜੀ ਜੀ ਦਾ ਸਤਿਕਾਰ ਮਾਨ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਆਉਣ 'ਤੇ
ਜਿੰਦਰ ਗਰੋਪੋ ਗਿਣਤੀ ਵੱਲੋਂ ਸਿਰਾਣੀਆਂ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੇ ਚੱਕ ਗਏ ਇਹ ਤਸਵੀਰ ਖੁਦ ਹੋਈ ਆ ਮੈਡਮ ਜੀ ਉਹਨਾਂ ਨੇ ਆਪਣੇ ਬੜੇ ਵਿਸਥਾਰ ਨਾਲ ਦੱਸਿਆ ਰੁੱਖਾਂ ਦੀ ਸਾਨੂੰ ਲੋੜ ਆ ਸਾਡੇ ਜੀਵਨ 'ਚ ਕਿਹੜੀਆਂ ਲੋੜਾਂ ਮੈਂ ਬੈਠਾ ਬੈਠਾ ਹੀ ਵਿਚਾਰ ਰਿਹਾ ਸੀਗਾ ਸਰਾਵਤੀ ਜੀ ਦੀ ਵਰਤ ਬੈਠਾ ਇੱਥੇ ਬਰਾਜਮਾਨ ਆ ਸਾਨੂੰ ਲੋੜ ਆ ਅੱਜ ਯੋਗਦਾਨ ਪਾਉਣ ਦੀ ਇਸ ਸਿਸਟਮ ਨੂੰ ਇੱਕ ਨਵੇਂ ਰਸਤੇ ਵਿਖਾਉਣ ਦੀ ਕਿਉਂਕਿ ਇਹ ਧਿਆਨ ਮਾਰੀਏ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੇ ਅਸੀਂ ਆਪਣੇ ਦਿੱਤਾ ਹੋਇਆ ਬਜ਼ੁਰਗਾਂ ਦਾ ਚੱਕ ਰਹੇ ਹਾਂ ਪਰ ਅਸੀਂ ਕੁਝ ਨਹੀਂ ਕਰਦੇ ਜੋ ਮੈਨੂੰ ਲੱਗਦਾ ਪਾਣੀ ਉਹ ਅਸੀਂ ਆਪਣਾ ਕਾਰਜ ਕਰਦੇ ਔਰ ਬਹੁਤ ਸਮੇਂ ਦਾ ਹਵਾ ਅਸੀਂ ਕਾਰਜ ਕਰਦੇ ਜੋ ਰੋਕ ਸਕਦੇ ਔਰ ਜੋ ਭੋਜਨ ਆ ਜੋ ਧਰਤੀ ਨੇ ਜੋ ਸਾਨੂੰ ਦੇਣਾ ਉਹ ਵੀ ਅਸੀਂ ਕਾਰਜ ਕਰਦੇ ਮੈਨੂੰ ਦੱਸੋ ਕਿ ਸਾਡੇ ਬੱਚੇ ਜਿਹੜੇ ਆ ਅਸੀਂ ਕਿੰਨੇ ਚਾਵਾਂ ਭਲਾਰਾ ਨਾਲ ਪਾਲਣ ਡੇ ਹਾਂ ਕਿੰਨੀਆਂ ਉਹਦੀਆਂ ਜ਼ਿਆਦਾ ਤਾਂ ਪ੍ਰੋਪਰਟੀਆਂ ਬਣਾਉਂਦੇ ਹਾਂ ਉਹ ਜੀਵਨ ਸਿਹਤ ਨਾਲ ਸਹੀ ਹੋਏਗੀ ਅਤੇ ਕੀ ਕਰਨੀਆਂ ਨੇ ਜ਼ਿਆਦਾ ਅਤੇ ਕੀ ਕਰਨੇ ਵੱਡੇ ਵੱਡੇ ਮਨ ਜੇ ਉਹਦੇ 'ਚ ਸਮਾਉਣ ਵਾਲੇ ਜਿਹੜੇ ਆ ਪਰੇਸ਼ਾਨ ਰਹਿ ਮੈਂ ਇਹ ਹਫ਼ਤਾ ਪਿੱਛੇ ਮੈਂ ਮੈਕਸ ਹੋਸਪਿਟਲ ਗਿਆ ਚੰਡੀਗੜ੍ਹ ਅਤੇ ਦੁਨੀਆ ਆ ਬਿਲਕੁਲ ਬਿਲਕੁਲ ਜਿੱਥੇ ਵੀ ਕਿਤੇ ਚੱਲ ਬਿਮਾਰੀਆਂ ਕਿੱਥੋਂ ਆਈਆਂ ਅਸੀਂ ਬੁੱਧ ਲੈ ਅਸੀਂ ਮੈਨੂੰ ਅਜੇ ਯਾਦ ਆ ਮੈਂ ਛੋਟੇ ਹੁੰਦੇ ਸੀਗੇ ਅਤੇ ਸਾਡੀਆਂ ਮਾਵਾਂ ਘਰ 'ਚ ਹੀ ਤੋਰੀਆਂ ਦੇ ਬੂਕੇ ਲਾ ਲੈਣੇ ਭਿੰਡੀਆਂ ਦੇ ਲਾ ਲੈਣੇ ਅੱਧੀ ਸਬਜ਼ੀ ਉਹ ਔਰਗੈਨਿਕ ਘਰੋਂ ਬਣਾਉਂਦੇ ਅਤੇ ਘਰ ਹਰ ਘਰ ਇੱਕ ਦੀ ਮੱਝ ਗਾਂ ਔਰ ਬੱਚਿਆਂ ਦੇ ਘਰ ਦੁੱਧ ਰਿੜਕਣਾ ਘਰ ਦੀ ਲੱਸੀ ਨਹੀਂ ਉਹ ਅੱਜ ਮੈਂ ਵੇਖ ਰਿਹਾ ਕਿ ਡੰਗਰ ਪਿੰਡਾਂ 'ਚ ਲੱਭਦਾ ਹੋਈ ਅਤੇ ਵਿਆਹਾਂ ਸ਼ਾਦੀਆਂ 'ਚ ਦੇਖੋ ਕਿ ਦੁੱਧ ਹੀ ਦੁੱਧ ਅਤੇ ਪਨੀਰ ਹੀ ਪੀ ਹੋਇਆ ਜਿਹੜੀ ਅਸਲ ਚੀਜ਼ ਆ ਅਸੀਂ ਆਪਣਾ ਭੋਜਨ ਹੀ ਕਰਾ ਇਹ ਥੋੜ੍ਹਾ ਜਿਹਾ ਕਸ ਕਰੀਏ ਅਸੀਂ ਸਾਰੇ ਜਾਣੇ ਪਹਿਲਾਂ ਤਾਂ ਪ੍ਰਣ ਕਰੀਏ ਕਿ ਜਿਹੜਾ ਪਾਣੀ ਜਿੰਨਾ ਹੀ ਪੀਂਦੇ ਹਾਂ ਜਿੰਨਾ ਪਾਣੀ ਵਰਤਦੇ ਹਾਂ ਓਨਾ ਫਿਰ ਵਾਪਸ ਗਿਆ ਧਰਤੀ ਉਹ ਕਿੱਦਾਂ ਬੜਾ ਸੌਖਾ ਸਭ ਤਰੀਕਾ ਬਾਰਿਸ਼ ਦਾ ਪਾਣੀ ਹੋਰ ਕਰਾਓ ਘਰ ਉਹ ਬਾਰਿਸ਼ ਦਾ ਪਾਣੀ ਜਿਹੜਾ ਜ਼ਮੀਨ ਆਹ ਸਰਜਿੰਦਰ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਜਦੋਂ ਇਹ ਖੁੱਲ੍ਹਿਆ ਸੀ ਸਟਾਰਟ ਹੋਇਆ ਉਦੋਂ ਤੋਂ ਫਿਰ ਉਹ ਅੱਜ ਦੇ ਇਸ ਜਿਹੜੇ ਡਰਾਮਾ ਦੇ ਨਾਲ ਹੋਇਆ ਸੀਗਾ ਉਹਦਾ ਰਿਜ਼ਲਟ ਇਸ ਤਰ੍ਹਾਂ ਦਾ ਫਸਟ ਪੁਜੀਸ਼ਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਉਹਨਾਂ ਦੇ ਵਿਦਿਆਰਥੀ ਅਤੇ ਅਧਿਆਪਕ ਸਪੀਕਰ ਵਿਦਿਆਰਥੀ ਅਤੇ ਅਧਿਆਪਕ ਸਪੀਕਰ ਕੇ ਆਪਣਾ ਨਾਮ ਪ੍ਰਾਪਤ ਕਰਨ ਸੈਕੰਡ ਪੁਜੀਸ਼ਨ ਇਸ ਡਰਾਮਾ ਕੰਪੀਟੀਸ਼ਨ ਦੇ ਵਿੱਚੋਂ ਸੇਖਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾ ਤੋਂ ਲਾਭ ਕਰ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਜ਼ੋਰਦਾਰ ਤਾੜੀਆਂ ਦੇ ਨਾਲ ਵਿਦਿਆਰਥੀ ਵਾਸਤੇ ਇਹਨਾਂ ਤੋਂ ਬਾਅਦ ਸੈਕੰਡ ਪੁਜੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾ ਉਹਦੇ ਅਧਿਆਪਕ ਸਾਹਿਬਾਨ ਹੋਏ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਡਪੁਰ ਦੇ ਵਿਦਿਆਰਥੀ ਅਧਿਆਪਕ ਲਾਗੇ ਆਏ ਹੋਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰ ਕਾਲਾਬਾੜਾ ਉਹਦੇ ਵਿਦਿਆਰਥੀ ਮੇਰੇ ਕੋਲ ਲੱਗ ਗਿਆ ਸਰ, ਥੋੜ੍ਹਾ ਸਮੇਂ ਦਾ ਧਿਆਨ ਰੱਖਦੇ ਹੋਇਆ ਮੈਂ ਅਧਿਆਪਕ ਸਾਹਿਬ ਨੂੰ ਬੇਨਤੀ ਕਰਦਾ ਕਿ ਜਲਦੀ ਹੈ ਤਿਆਰੀ ਸਮਾਂ, ਕਿਉਂਕਿ ਟਾਈਮ ਵੀ ਕਾਫੀ ਹੋ ਗਿਆ, ਸਾਰਿਆਂ ਤੋਂ ਕਾਫੀ ਕਾਹਲੀ ਆ ਅਤੇ ਅਸੀਂ ਕਹਾਂਗੇ ਵੀ ਛੇਤੀ ਛੇਤੀ ਜਿਹਨਾਂ ਦਾ ਬੜੀ ਜਿੱਦਾਂ ਅਨਾਊਂਸ ਕਰਦੇ ਹਾਂ ਸੋਲੋ ਇੰਸਟਰੂਮੈਂਟਲ ਮਿਊਜ਼ਿਕ ਦੇ ਵਿੱਚ ਅਭਿਸ਼ੇਕ ਸਕੂਲ ਭੱਟੀਆਂ ਉਹਨਾਂ ਦੇ ਅਧਿਆਪਕ ਸਾਹਿਬ ਜਸਵਿੰਦਰ ਸਿੰਘ ਜੀ ਵੀ ਨਾਲ ਹੀ ਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਅਹਿਸਾਸ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਜੀ ਵਾਲਿਆਂ ਅਤੇ ਉਹ ਪਹੁੰਚੇ ਬਿਲਕੁਲ ਕੋਲ ਹਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰ ਗੱਲ ਆਏ ਸੀ ਜੇ ਵਿਦਿਆਰਥੀ ਇਹਦੇ ਲਾਗੇ ਆਏਗਾ ਬਿਲਕੁਲ ਭੱਟੀਆਂ ਦੇ ਵਿਦਿਆਰਥੀ ਹਰਪ੍ਰੀਤ ਕੌਰ ਜਿਹਨੇ ਕੱਲ੍ਹ ਦੀ ਪੁਜੀਸ਼ਨ ਹਾਸਲ ਕੀਤੀ ਸੀ ਆਇਆ ਜੀ ਹਰਪ੍ਰੀਤ ਕੌਰ ਵੋਕਲ ਮਿਊਜ਼ਿਕ ਦੇ ਵਿੱਚ ਫਸਟ ਪੁਜੀਸ਼ਨ ਸੈਕੰਡਰੀ ਸਕੂਲ ਸ਼ੇਖਪੁਰ ਕੱਲ੍ਹ ਵੋਕਲ ਮਿਊਜ਼ਿਕ ਟ੍ਰੈਡੀਸ਼ਨਲ ਫੋਕ ਸੌਂਗ ਦੇ ਵਿੱਚੋਂ ਐਸਓਈ ਬਟਾਲਾ ਇਹਨਾਂ ਤੋਂ ਬਾਅਦ ਸ਼੍ਰੀ ਸੰਜੀਵ ਕੁਮਾਰ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਮੈਂ ਦੱਸਣਾ ਚਾਹਾਂਗਾ ਇਹ ਇਸ ਤਰ੍ਹਾਂ ਵੀ ਉਹਨਾਂ ਨੇ ਸਟੇਟ ਅਵਾਰਡ ਮਿਲਿਆ ਸੀ ਇਹਨਾਂ ਨੂੰ ਜ਼ੋਰਦਾਰ ਤਾੜੀਆਂ ਵਾਸਤੇ ਸਟੇਟ ਅਵਾਰਡ ਦਿੱਤਾ ਸੰਜੀਵ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਇਹਨਾਂ ਤੋਂ ਬਾਅਦ ਤਰਨਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਗੋਬਿੰਦਪੁਰ ਦੇ ਸਸ਼ਲੋ ਦੇ ਲੈਕਚਰ ਤਰਨਜੋਤ ਕੌਰ ਇਹਨਾਂ ਤੋਂ ਬਾਅਦ ਅਰੁਣ ਸਿੰਘ ਇਹਨਾਂ ਤੋਂ ਬਾਅਦ ਮੁਕੇਸ਼ ਕੁਮਾਰ ਜੀ ਨਤਮੁਕਲ ਸਕੂਲ ਦੇ ਅਧਿਆਪਕ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਸਟੇਜ ਤੇ ਆਓ ਸ੍ਰੀ ਮੁਕੇਸ਼ ਕੁਮਾਰ ਜੀ ਪੱਟੀ ਸਾਹਿਬ ਮੈਂ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਓ ਰਵੀ ਕੁਮਾਰ ਹਾਂ ਪੰਕਜ ਜੀ ਨੂੰ ਬੇਨਤੀ ਕਰਦਾ ਕਿ ਉਸ ਦੇ ਉਹ ਪੰਕਜ ਜੀ ਜਿਹੜੇ ਵੀ ਟ੍ਰੇਨ ਇਹ ਬੂਟੇ ਲਗਾਉਣੇ ਵੀ ਆ ਪਾਲਣੇ ਵੀ ਆ ਇਹਨਾਂ ਦੀ ਛਾਂ ਵੀ ਬਣ ਰਹੀ ਹੈ ਅਤੇ ਇਹ ਗਾਂ ਉੱਤੇ ਸੁਨੇਹਾ ਬਣ ਜੀ
ਪਰਮਿੰਦਰ ਸਿੰਘ ਜੀ ਇਹ ਜਾਣਕਾਰੀ ਦਿੱਤਾ ਪਰਮਿੰਦਰ ਜੀ ਵਾਸਤੇ। ਅਧਿਆਪਕ ਸਾਹਿਬਾਨ ਜਿਹਨਾਂ ਨੇ ਮੁੰਡਿਆਂ ਦੇ ਹੱਥ ਖੜੇ ਕੀਤੇ ਸੀ, ਅਸੀਂ ਬਾਹਰ ਰੁਕੇ ਪਏ ਸੀ, ਤੁਸੀਂ ਦੋ ਚਾਰ ਮਿੰਟ ਹਾਜ਼ਰੀ ਲਾ ਲੈਣੀ ਹੈ। ਜਨਤਾ ਇੱਕ ਪਲਾਟ ਜਿਹੜਾ ਨੇੜੇ ਲਾਉਣਾ ਸੀ, ਇੱਕ ਗਰੁੱਪ ਫੋਟੋ ਤੁਹਾਡੇ ਸਾਰਿਆਂ ਦੇ ਨਾਲ। ਅੰਤ ਨੂੰ ਲੱਗਿਆ ਜੀ ਬੂਟਿਆਂ ਦਾ ਲੰਗਰ, ਇੱਥੇ ਕੋਈ ਬੂਟਾ ਤੁਸੀਂ ਸਲੈਕਟ ਕਰਕੇ ਖੜ ਸਕਦੇ ਜੀ। ਅਤੇ ਵੀਡੀਓ ਹੁਣ ਸਮਾਪਤੀ ਹੈ ਜੀ। ਚਲੋ ਮੈਂ ਆਹ ਚੰਗਾ ਕੰਮ ਹੈ ਵੀ ਜਿਹੜਾ ਲੰਗਰ ਬੂਟਿਆਂ ਦਾ ਲਾਤਾ ਵਾ, ਘੱਟੋ ਘੱਟ 100 ਬੂਟਾ ਲੱਗੂ ਅੱਜ ਘੱਟੋ ਘੱਟ। ਚਲੋ ਵਧੀਆ ਵਾ ਜੀ, ਮਿਹਰਬਾਨੀ ਜੀ। ਇਹ ਬੂਟਾ ਹੈ ਕਦਾ ਜੀ? ਇਮਲੀ ਨੀ ਆ, ਰੁੱਖ ਪਾਉਂਦਾ ਪੂਰਾ, ਇਹ ਪੂਰਾ ਰੁੱਖ ਪਾਉਂਦਾ ਵਾ। ਜੇ ਖੁੱਲੀ ਜਗ੍ਹਾ ਫਿਰ ਇਹੋ ਲਾਓ, ਇੱਕ ਸਰੀ ਆ, ਇੱਕ ਸਾਡਾ ਸਿਲਵਰ ਹੋ ਕੇ ਆ, ਅਤੇ ਇੱਕ ਆ ਵੱਡੇ ਵੱਡੇ ਪੱਤਿਆਂ ਨਾਲ ਹੁੰਦਾ ਵਾ। ਦੋ ਸਕੂਲੇ ਭੇਜਾਂਗੇ ਅਤੇ ਇੱਕ ਲਵਾਂਗੇ ਘਰ। ਆਹ ਡੱਬਾ ਰੱਪਿਆ ਮੈਨੂੰ, ਮੇਰੇ ਕੋਲ ਸਕੂਟਰ ਸੀ ਅੱਜ, ਸਕੂਟਰ 'ਤੇ ਆਉਣਾ ਕੁਝ ਨਹੀਂ, ਡੱਬਾ ਕੇ ਰੱਖਣੇ, ਡੱਬੇ 'ਚ ਤਿੰਨੇ ਬੂਟੇ ਆ ਜਾਣੇ ਆ, ਅਤੇ ਅਗਲੇ ਬੰਨੇ ਰੱਖ ਕੇ ਅਤੇ ਨਾਂਦਰ ਜਾਂਦੇ ਹਾਂ। ਇੱਦਾਂ ਰੱਖੇ ਕਿ ਵਧੀਆ। ਚਲੋ ਹੁਣ ਵੀਡੀਓ ਸਮਾਪਤ ਕਰੀਏ ਜੀ। ਸਾਡੀ ਵੀਡੀਓ ਹੈ ਜੀ, ਇਹ ਗ੍ਰੀਨ ਸਕੂਲ ਪ੍ਰੋਗਰਾਮ ਦੀ ਮੇਨ ਮਕਸਦ ਇਹੋ ਹੀ ਆ ਵੀ ਬੂਟੇ ਵੱਧ ਤੋਂ ਵੱਧ ਲਾਓ, ਤਾਂ ਕਿ ਧਰਤੀ ਦਾ ਪੈਟਰਨ ਜਿਹੜਾ ਆਪਣੀ ਖਰਾਬ ਕਰ ਰਹੇ ਹਾਂ ਕੁਦਰਤ ਦਾ। ਹੁਣ ਮਹੀਨਾ ਵੇਖ ਲਓ ਕਿਹੜਾ ਵਾ, ਅਕਤੂਬਰ ਮਹੀਨਾ ਆ ਹੀ ਚੱਲਿਆ ਵਾ, ਅਤੇ ਪਸੀਨਾ ਵੇਖੋ ਕਿੱਦਾਂ ਇੱਦਾਂ ਆਉਂਦਾ ਜਿੱਦਾਂ ਜੂਨ ਦਾ ਮਹੀਨਾ ਹੁੰਦਾ ਵਾ। ਇੰਨੀ ਜ਼ਿਆਦਾ ਗਰਮੀ ਆ, ਸਾਡਾ ਫਰਜ਼ ਬਣਦਾ ਵੀ ਕੁਦਰਤ ਨੂੰ ਹਰੀ ਭਰੀ ਰੱਖੀਏ ਅਤੇ ਵਧੀਆ ਰੱਖੀਏ। ਚਲੋ ਠੀਕ ਹੈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਹੱਸਦੇ ਰਹੋ, ਵੱਸਦੇ ਰਹੋ ਜੀ, ਰੱਬ ਤੁਹਾਡੇ ਸਾਰਿਆਂ ਸੁਪਨੇ ਪੂਰੇ ਕਰਦਾ ਰਹਿਣ ਜੀ।